ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਜਿਹੜੇ ਮੋਦੀ ਸਾਹਿਬ ਤੀਸਰੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ, ਮੈਂ ਸਮੂਹ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਗੁਰਦਾਸਪੁਰ ਲੋਕ ਸਭਾ ਵਾਸੀਆਂ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦਾ, ਉੱਥੇ ਮੈਂ ਇਹ ਬੇਨਤੀ ਕਰਦਾ ਕਿ ਆਓ ਸਾਰੇ ਇਕੱਠੇ ਹੋ ਕੇ, ਇੱਕਜੁੱਟ ਹੋ ਕੇ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਪਣੀ BJP ਦੀ ਸਰਕਾਰ ਲਿਆਈਏ ਅਤੇ ਮੋਦੀ ਸਾਹਿਬ ਦਾ ਸੁਪਨਾ ਪੂਰਾ ਕਰੀਏ। ਮੈਂ ਇੱਕ ਵਾਰੀ ਫਿਰ ਸਭ ਨੂੰ ਲੱਖ ਲੱਖ ਵਧਾਈ ਦਿੰਦਾ, ਮੋਦੀ ਸਾਹਿਬ ਨੂੰ, ਉਹਨਾਂ ਦੀ ਟੀਮ ਨੂੰ ਅਤੇ ਗੁਰਦਾਸਪੁਰ ਦੇ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ। ਆਪਣੇ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਵੱਲੋਂ ਮੈਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਜਿਹੜਾ ਆਪਣਾ ਇਹ ਕਾਰਜਕਾਲ ਜਿਹੜਾ ਤੀਸਰੀ ਵਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ, ਔਰ ਮੈਂ ਗੁਰਦਾਸਪੁਰ ਵੱਲੋਂ, ਸਮੁੱਚੇ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ, ਔਰ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਿਹੜਾ ਤੀਸਰੀ ਵਾਰ ਦੀ ਟਰਮ ਆ ਉਹਦੇ ਵਿੱਚ ਉਹਨਾਂ ਨੂੰ ਪਰਮਾਤਮਾ ਬਲ ਬਖਸ਼ਣ ਔਰ ਚੜ੍ਹਦੀ ਕਲਾ ਵਾਲੇ ਉਹਨਾਂ ਕੋਲ ਫੈਸਲੇ ਹੋਣ, ਔਰ ਉਮੀਦ ਆ, ਆਸ ਆ ਕਿ ਸਾਡਾ ਦੇਸ਼ ਜਿਹੜਾ ਤਰੱਕੀ ਦੀ ਰਾਹ 'ਤੇ ਹੋਰ ਇਸ ਵਾਰ ਜਿਹੜੀ ਤੀਜੀ ਟਰਮ ਦੇ ਵਿੱਚ ਹੋਰ ਅੱਗੇ ਵਧੇਗਾ। ਸੋ ਇਹਦੇ ਨਾਲ ਨਾਲ ਮੈਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸਾਰੀਆਂ ਸੰਗਤਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ। ਪ੍ਰਧਾਨ ਮੰਤਰੀ ਪੰਜ ਸਾਲ ਹੋਰ ਮਿਲਣ ਜਾ ਰਹੇ ਨੇ, ਕੀ ਕੁਛ ਉਮੀਦਾਂ ਹੈਗੀਆਂ ਨੇ ਉਹਨਾਂ ਦੇ ਉੱਪਰ, ਕੀ ਕੁਛ ਕਰਨਾ ਚਾਹੀਦਾ ਆਪਣੇ ਜ਼ਿਲ੍ਹੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ? ਦੇਖੋ, ਜਿਹੜਾ 10 ਸਾਲ ਦਾ ਅਸੀਂ ਟਰਨਓਵਰ ਪਿਛਲਾ ਨਿਕਲਿਆ ਉਹਦੇ ਵਿੱਚ ਬਹੁਤ ਵੱਡੇ ਇਤਿਹਾਸਿਕ ਫੈਸਲੇ ਹੋਏ ਆ। ਸੋ ਉਮੀਦ ਆ ਕਿ ਜਿਹੜੇ ਰਹਿੰਦੇ ਜਿਹੜੇ ਸਮੇਂ ਦੇ ਵਿੱਚ ਜਿਹੜੇ ਕੁਛ ਰਹਿੰਦੇ ਕੰਮ ਨੇ, ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੂੰ ਆਸ ਆ, ਉਹ ਜਿਹੜੇ ਕੰਮਾਂ ਦੇ ਉੱਤੇ ਵੀ ਇਸ ਵਾਰ ਜਿਹੜਾ ਪੂਰਨ, ਸਾਨੂੰ ਵਿਸ਼ਵਾਸ ਆ ਕਿ ਇਹ ਜਿਹੜੇ ਰਹਿੰਦੇ ਕੰਮ ਵੀ ਇਸ ਵਾਰ ਜਿਹੜੇ ਤੀਜੀ ਟਰਮ ਦੇ ਵਿੱਚ ਹੋਣਗੇ। ਸੋ ਅੱਜ ਪਰਮਾਤਮਾ ਨੇ ਅਪਾਰ ਕਿਰਪਾ ਕੀਤੀ ਆ ਔਰ ਸਰਕਾਰ ਜਿਹੜੀ ਆ NDA ਦੀ ਸਰਕਾਰ ਬਣੀ ਆ। ਸੋ ਇਹਦੇ ਲਈ ਅਸੀਂ ਸਾਰੇ ਹੀ ਦੇਸ਼ ਦਾ, ਆਪਣੇ ਵੋਟਰ ਸਾਹਿਬਾਨਾਂ ਦਾ, ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬੜੇ ਵੱਡੀ ਲੀਡ ਦੇ ਨਾਲ ਅੱਜ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪਰਸੈਂਟੇਜ ਵੱਧ ਕੇ ਸਾਡੀ ਬਹੁਤ ਉੱਭਰ ਕੇ ਆਈ ਆ। ਸੋ ਅਸੀਂ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਦੇ ਵਿੱਚ। ਅਸੀਂ ਹਿੰਦੁਸਤਾਨ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੀਸਰੀ ਵਾਰ ਨਰਿੰਦਰ ਮੋਦੀ ਜੀ ਦੇ, ਉਹਨਾਂ ਦੀ ਸਾਰੀ ਟੀਮ ਦੇ ਉੱਤੇ ਇੱਕ ਵਿਸ਼ਵਾਸ ਪੈਦਾ ਕਰਕੇ ਜਿਹੜੀ ਬਹੁਤ ਵਧੀਆ ਜਿਹੜੀ ਪਰਫਾਰਮੈਂਸ ਕੀਤੀ ਹੈ ਸਾਡੇ ਹਿੰਦੁਸਤਾਨ ਦੇ ਵਾਸੀਆਂ ਨੇ। ਅਸੀਂ ਸਭ ਤੋਂ ਪਹਿਲਾਂ ਆਪਣੀ ਪਾਰਟੀ ਵੱਲੋਂ, ਆਪਣੀ ਲੀਡਰਸ਼ਿਪ ਵੱਲੋਂ ਹਿੰਦੁਸਤਾਨ ਦੇ ਵਾਸੀਆਂ ਦਾ ਧੰਨਵਾਦ ਕਰਦੇ ਹਾਂ। ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ, ਬੜੀ ਖੁਸ਼ੀ ਦੀ ਗੱਲ ਹੈ। ਇਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਿਹੜਾ ਰਿਕਾਰਡ ਸੀ, ਤਿੰਨ ਦਫਾ ਲਗਾਤਾਰ ਪ੍ਰਧਾਨ ਮੰਤਰੀ ਬਣਨਾ, ਉਸ ਅੱਜ ਉਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਿਹੜਾ ਹੈ ਸੀ, ਉਹਨਾਂ ਦਾ ਟੀਚਾ, ਉਹਨਾਂ ਨੂੰ ਇਹ ਅੱਜ ਉਸ ਮੁਕਾਮ 'ਤੇ ਪਹੁੰਚ ਕੇ ਨਰਿੰਦਰ ਮੋਦੀ ਜੀ ਜਾ ਰਹੇ ਨੇ। ਸੋ ਅੱਜ ਦੇ ਦਿਨ 'ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਪਰਮਾਤਮਾ ਅੱਗੇ, ਮਤਲਬ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ, ਜੋ ਜਿਹੜੀ ਕਰਦੇ ਹਾਂ ਉਹਨਾਂ ਦੀ ਸਿਹਤ ਪਰਮਾਤਮਾ ਤੰਦਰੁਸਤੀ ਬਖਸ਼ੇ, ਉਹਨਾਂ ਦੀ ਸਾਰੀ ਟੀਮ ਜਿੱਦਾਂ ਬੇਖੂਬੀ ਦੇ ਨਾਲ ਬੜਾ ਹਿੰਦੁਸਤਾਨ ਦੇ ਵਿੱਚ ਵਿਕਾਸ ਦੀਆਂ ਨਦੀਆਂ ਵਗੀਆਂ, ਵਿਕਾਸ ਦੀਆਂ ਲਹਿਰਾਂ ਚੱਲੀਆਂ, ਉਸੇ ਤਰ੍ਹਾਂ ਹੀ NDA ਦੀ ਸਰਕਾਰ ਬਣ ਜਾ ਰਹੀ ਹੈ। ਸਾਰੇ ਸਾਥੀਆਂ ਦੇ ਨਾਲ ਮਿਲ ਕੇ ਹਿੰਦੁਸਤਾਨ ਨੂੰ ਇੱਕ ਵਾਰੀ ਫਿਰ ਬੁਲੰਦੀਆਂ 'ਤੇ ਲੈ ਕੇ ਜਾਣਗੇ। ਬਹੁਤ ਬਹੁਤ ਧੰਨਵਾਦ।